सबसक्राइब कीजिए साडे हेल्थ समाधान चैनल नूं अते बैल आइकन उत्ते भी क्लिक करो जिस नाल तुसीं साडे खास वीडियो सब तों पहलां देख सको। हैलो दोस्तों, हेल्थ समाधान विच तुहाडा एक बार फिर बहुत बहुत स्वागत है। तो दोस्तों, आयुर्वेद के अनुसार पाचन के नाल जिन्नियां भी जुड़ियां हुई समस्यावां हन वह अजवाइन के सेवन के नाल ठीक हो जांदियां हन। यह कब्ज, छाती अते पेट दर्द नूं बहुत ही जल्दी ठीक कर दिंदा है। नाल ही हिचकी, जी मचलाउणा, बदहजमी, पेशाब दा रुकना ਅਤੇ ਪੱਥਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ। ਤਾਂ ਦੋਸਤੋ, ਆਈਏ ਵਿਸਤਾਰ ਦੇ ਵਿੱਚ ਜਾਣ ਲੈਂਦੇ ਹਾਂ ਇਸ ਦੇ ਫਾਇਦਿਆਂ ਨੂੰ। ਤਾਂ ਦੋਸਤੋ, ਸਰਦੀ ਜ਼ੁਕਾਮ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ। ਗਰਮੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰ ਆਪਾਂ ਨੂੰ ਸਰਦੀ ਜ਼ੁਕਾਮ ਹੋ ਜਾਂਦਾ ਹੈ। ਬੰਦਨਾਗ ਜਾਂ ਸਰਦੀ ਜ਼ੁਕਾਮ ਹੋਣ 'ਤੇ ਅਜਵਾਇਣ ਨੂੰ ਕੁੱਟ ਕੇ ਮਰੀਨ ਕੱਪੜੇ ਦੇ ਵਿੱਚ ਬੰਨ੍ਹ ਕੇ ਸੁੰਘੋ ਅਤੇ ਥੋੜ੍ਹੀ ਜਿਹੀ ਅਜਵਾਇਣ ਨੂੰ ਚਬਾ ਕੇ ਖਾਓ ਅਤੇ ਚਬਾਉਣ ਤੋਂ ਬਾਅਦ ਥੋੜ੍ਹੇ ਜਿਹੇ ਕੋਸੇ ਪਾਣੀ ਦਾ ਇਸਤੇਮਾਲ ਕਰੋ। ਇਸ ਦੇ ਨਾਲ ਗਰਮੀਆਂ ਦੇ ਵਿੱਚ ਜੋ ਤੁਹਾਨੂੰ ਜ਼ੁਕਾਮ ਹੋ ਜਾਂਦਾ ਹੈ ਉਸ ਤੋਂ ਤੁਹਾਨੂੰ ਰਾਹਤ ਮਿਲੇਗੀ। ਤਾਂ ਦੋਸਤੋ, ਪੀਰੀਅਡਸ ਦੇ ਇਸ ਲੇਡੀਜ਼ ਨੂੰ ਜੋ ਦਰਦ ਹੁੰਦਾ ਹੈ ਉਸ ਦਰਦ ਨੂੰ ਘੱਟ ਕਰਨ ਦੇ ਲਈ ਅਜਵਾਇਣ ਤੋਂ ਚੰਗਾ ਕੁਛ ਵੀ ਨਹੀਂ ਹੈ। 15-30 ਦਿਨਾਂ ਤੱਕ ਭੋਜਨ ਦੇ ਬਾਅਦ ਜਾਂ ਵਿੱਚ ਦੇ ਵਿੱਚ ਗੁਣਗੁਣੇ ਪਾਣੀ ਦੇ ਨਾਲ ਅਜਵਾਇਣ ਦਾ ਸੇਵਨ ਕਰੋ, ਤੁਹਾਡਾ ਦਰਦ ਘੱਟ ਹੋ ਜਾਵੇਗਾ। ਅਤੇ ਜੇ ਤੁਸੀਂ ਵਜ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਭਾਰ ਘੱਟ ਕਰਨ ਦਾ ਕੋਈ ਤਰੀਕਾ ਨਹੀਂ ਮਿਲ ਰਿਹਾ ਹੈ ਤਾਂ ਤੁਸੀਂ ਅਜਵਾਇਣ ਦਾ ਪ੍ਰਯੋਗ ਕਰੋ। ਰਾਤ ਨੂੰ 1 ਚਮਚ ਅਜਵਾਇਣ ਨੂੰ 1 ਗਲਾਸ ਪਾਣੀ ਦੇ ਵਿੱਚ ਭਿਉਂ ਦੇਵੋ ਅਤੇ ਸਵੇਰ ਨੂੰ ਉਸ ਪਾਣੀ ਨੂੰ ਛਾਣ ਕੇ ਉਸ ਦੇ ਵਿੱਚ 1 ਚਮਚ ਸ਼ਹਿਦ ਨੂੰ ਮਿਲਾ ਕੇ ਉਸ ਪਾਣੀ ਦਾ ਸੇਵਨ ਕਰੋ। ਜੇ ਇਸ ਤਰੀਕੇ ਨਾਲ ਤੁਸੀਂ ਨਿਯਮਿਤ ਸੇਵਨ ਕਰੋਗੇ ਤਾਂ ਤੁਹਾਨੂੰ ਮੋਟਾਪੇ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਮਿਲੇਗਾ। ਤਾਂ ਦੋਸਤੋ, ਪ੍ਰੈਗਨੈਂਸੀ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ। ਪ੍ਰੈਗਨੈਂਸੀ ਦੇ ਦੌਰਾਨ ਅਜਵਾਇਣ ਦਾ ਸੇਵਨ ਕਰਨਾ ਲੇਡੀਜ਼ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਆਪਣਾ ਬਲੱਡ ਸਾਫ਼ ਰਹਿੰਦਾ ਹੈ ਅਤੇ ਆਪਣੇ ਪੂਰੇ ਸਰੀਰ ਦੇ ਵਿੱਚ ਰਕਤ ਦੇ ਸੰਚਾਰ ਨੂੰ ਇਹ ਕੰਟਰੋਲ ਦੇ ਵਿੱਚ ਰੱਖਦੀ ਹੈ। ਅਤੇ ਡਿਲੀਵਰੀ ਦੇ ਬਾਅਦ ਵੀ ਅਜਵਾਇਣ ਦਾ ਪਾਣੀ ਪੀਣਾ ਮਹਿਲਾਵਾਂ ਦੇ ਲਈ ਫਾਇਦੇਮੰਦ ਹੁੰਦਾ ਹੈ। ਇਹ ਪਾਚਨ ਤੰਤਰ ਦੇ ਲਈ ਬਹੁਤ ਹੀ ਜ਼ਿਆਦਾ ਉਪਯੋਗੀ ਹੈ। ਤਾਂ ਦੋਸਤੋ, ਜੇ ਤੁਹਾਡੇ ਪੇਟ ਦੇ ਵਿੱਚ ਕੀੜੇ ਹਨ, ਕਾਲੇ ਨਮਕ ਦੇ ਨਾਲ ਅਜਵਾਇਣ ਦਾ ਸੇਵਨ ਕਰੋ ਅਤੇ ਪੇਟ ਖਰਾਬ ਹੋਣ 'ਤੇ ਅਜਵਾਇਣ ਨੂੰ ਚਬਾ ਕੇ ਖਾਓ ਅਤੇ ਉਸ ਤੋਂ ਬਾਅਦ 1 ਕੱਪ ਗਰਮ ਪਾਣੀ ਪੀਓ। ਜੇ ਤੁਹਾਨੂੰ ਲੀਵਰ ਦੀ ਪਰੇਸ਼ਾਨੀ ਹੈ ਤਾਂ 3 ਗ੍ਰਾਮ ਅਜਵਾਇਣ, 1/2 ਗ੍ਰਾਮ ਨਮਕ ਭੋਜਨ ਦੇ ਬਾਅਦ ਲੈਣ ਦੇ ਨਾਲ ਤੁਹਾਨੂੰ ਇਸ ਦੇ ਨਾਲ ਫਾਇਦਾ ਹੋਵੇਗਾ। ਤਾਂ ਦੋਸਤੋ, ਮੂੰਹ ਦੀ ਦੁਰਗੰਧ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਦੇ ਵਿੱਚ ਅਜਵਾਇਣ ਨੂੰ ਉਬਾਲ ਲਵੋ ਅਤੇ ਇਸ ਪਾਣੀ ਦੇ ਨਾਲ ਤੁਸੀਂ ਦਿਨ ਦੇ ਵਿੱਚ 2-3 ਵਾਰੀ ਕੁਰਲਾ ਕਰੋ। ਇਸ ਦੇ ਨਾਲ ਤੁਹਾਡੀ ਮੂੰਹ ਦੀ ਦੁਰਗੰਧ ਸਮਾਪਤ ਹੋ ਜਾਵੇਗੀ। ਤਾਂ ਦੋਸਤੋ, ਜੇ ਤੁਹਾਨੂੰ ਖਾਂਸੀ ਹੈ ਤਾਂ ਤੁਸੀਂ ਅਜਵਾਇਣ ਦਾ ਸੇਵਨ ਕਰੋ। ਖਾਂਸੀ ਹੋਣ 'ਤੇ ਅਜਵਾਇਣ ਦੇ ਰਸ ਦੇ ਵਿੱਚ 2 ਚੁਟਕੀ ਕਾਲਾ ਨਮਕ ਮਿਲਾਵੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਪੀ ਲਵੋ। ਇਸ ਦੇ ਨਾਲ ਤੁਹਾਡੀ ਖਾਂਸੀ ਠੀਕ ਹੋ ਜਾਵੇਗੀ। ਤਾਂ ਦੋਸਤੋ, ਜੇ ਤੁਹਾਡੇ ਮਸੂੜਿਆਂ ਦੇ ਵਿੱਚ ਸੋਜ ਹੈ, ਅਜਵਾਇਣ ਦੇ ਤੇਲ ਦੀਆਂ 2 ਬੂੰਦਾਂ ਨੂੰ ਗੁਣਗੁਣੇ ਪਾਣੀ ਦੇ ਵਿੱਚ ਪਾ ਕੇ ਕੁਰਲਾ ਕਰੋ। ਇਸ ਦੇ ਨਾਲ ਤੁਹਾਡੀ ਸੋਜ ਖਤਮ ਹੋ ਜਾਵੇਗੀ। ਅਜਵਾਇਣ ਦੇ ਨਾਲ ਬਣਿਆ ਹੋਇਆ ਪੇਸਟ ਮਸੂੜਿਆਂ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਤਾਂ ਦੋਸਤੋ, ਇਸ ਮੰਜਣ ਨੂੰ ਬਣਾਉਣ ਦੇ ਲਈ ਤੁਸੀਂ ਅਜਵਾਇਣ ਨੂੰ ਭੁੰਨ ਕੇ ਪਹਿਲਾਂ ਪੀਸ ਲਵੋ ਅਤੇ ਇੱਕ ਪਾਊਡਰ ਦੀ ਤਰ੍ਹਾਂ ਬਣਾ ਲਵੋ। ਤੁਸੀਂ ਹਲਕੇ ਹੱਥਾਂ ਨਾਲ ਸਵੇਰੇ ਸ਼ਾਮ ਆਪਣੇ ਮਸੂੜਿਆਂ ਦੇ ਉੱਤੇ ਇਸ ਨੂੰ ਮਲਣਾ ਹੈ। ਤਾਂ ਦੋਸਤੋ, ਸਰਸੋਂ ਦੇ ਤੇਲ ਦੇ ਵਿੱਚ ਅਜਵਾਇਣ ਨੂੰ ਪਾ ਕੇ ਗਰਮ ਕਰੋ ਅਤੇ ਉਸ ਤੇਲ ਦੇ ਨਾਲ ਆਪਣੇ ਜੋੜਾਂ ਦੀ ਮਾਲਿਸ਼ ਕਰੋ। ਅਜਿਹਾ ਕਰਨ ਦੇ ਨਾਲ ਜੋੜਾਂ ਦੇ ਦਰਦ ਤੋਂ ਤੁਹਾਨੂੰ ਰਾਹਤ ਮਿਲੇਗੀ। ਗਠੀਏ ਦੇ ਰੋਗ ਨੂੰ ਦੂਰ ਕਰਨ ਦੇ ਲਈ ਅਜਵਾਇਣ ਦਾ ਰਸ 1/2 ਕੱਪ ਅਤੇ 1/2 ਚਮਚ ਪੀਸੀ ਹੋਈ ਸੌਂਠ ਨੂੰ ਪਾਣੀ ਦੇ ਵਿੱਚ ਮਿਲਾ ਕੇ ਲਵੋ। ਤੁਹਾਨੂੰ ਗਠੀਏ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।